ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਤਮਕ ਕਾਲ ਜੇ ਪੈਂਦੀ ਮੇਰੇ ਤਮਕ ਕਾਲ ਜੇ ਪੈਂਦੀ ਮਹਿੰਦੀ 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 ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਤਮਕ ਕਾਲ ਜੇ ਪੈਂਦੀ ਮੇਰੇ ਤਮਕ ਕਾਲ ਜੇ ਪੈਂਦੀ ਨੱਚਦੀ ਮੇਰੇ ਤਮਕ ਕਾਲ ਜੇ ਪੈਂਦੀ ਮੇਰੇ ਤਮਕ ਕਾਲ ਜੇ ਪੈਂਦੀ ਬਾਬਲੇ ਦਾ ਵੇੜਾ ਮੈਨੂੰ ਜਾਪੇ ਬਾਬਲੇ ਦਾ ਵੇੜਾ ਮੈਨੂੰ ਪੀੜਾ ਪੀੜਾ ਜਾਪੇ ਮੇਰੇ ਪੈਰਾਂ ਹੇਠ ਮੇਰੇ ਪੈਰਾਂ ਹੇਠ ਆ ਗਿਆ ਭੂਚਾਲ ਕੁੜੀਓ ਮੈਨੂੰ ਚੜ ਗਿਆ ਸੋਲਵਾਂ ਸਾਲ ਕੁੜੀਓ ਮੈਨੂੰ ਚੜ ਗਿਆ ਸੋਲਵਾਂ ਸਾਲ ਕੁੜੀਓ ਮੈਨੂੰ ਚੜ ਗਿਆ ਸੋਲਵਾਂ ਸਾਲ ਕੁੜੀਓ ਨੱਚਦੀ ਮੇਰੇ ਤਮਕ ਕਾਲ ਜੇ ਪੈਂਦੀ ਮੇਰੇ ਤਮਕ ਕਾਲ ਜੇ ਪੈਂਦੀ ਉਹ ਗਲੀ ਵਿੱਚ ਗੇੜੇ ਮਾਰਦਾ ਉਹ ਗਲੀ ਵਿੱਚ ਗੇੜੇ ਮਾਰਦਾ ਮੇਰੀ ਭਾਬੀ ਝਿੜਕਦੀ ਰਹਿੰਦੀ ਮਹਿੰਦੀ 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 ਗਿੱਧੇ ਵਿੱਚ ਨੱਚਦੀ ਗਿੱਧੇ ਵਿੱਚ ਨੱਚਦੀ ਮੇਰੇ ਤਮਕ ਕਾਲ ਜੇ ਪੈਂਦੀ ਮੇਰੇ ਤਮਕ ਕਾਲ ਜੇ ਪੈਂਦੀ ਮੇਰੇ ਤਮਕ ਕਾਲ ਜੇ ਪੈਂਦੀ ਕਿਦਾ ਜੀ ਠੀਕ ਹੂੰ ਜੀ ਕਿਆ ਬਾਤ ਆ ਬੜੀ ਮੈਚਿੰਗ ਮੈਚਿੰਗ ਬਲੂ ਹੇਅਰ ਬੈਂਡ ਬਲੂ ਸੂਟ ਬਲੂ ਚੱਪਲ ਇਹ ਕੌਣ ਤੁਹਾਨੂੰ ਤਿਆਰ ਕੌਣ ਕਰਵਾਉਂਦਾ ਖੁਦ ਖੁਦ ਤੁਸੀਂ ਤਿਆਰ ਹੁੰਦੇ ਹੋ ਇੱਕ ਤੁਹਾਡੀ ਖੁਦ ਦੀ ਚੁਆਇਸ ਹੁੰਦੀ ਹੈ ਕਿ ਅਸੀਂ ਇਹ ਪਾਣਾ ਨਹੀਂ ਹਾਂ ਮੈਮ ਸੈੱਟ ਕਰ ਦੇ ਅੱਛਾ ਮੈਮ ਚਲੋ ਠੀਕ ਹੈ ਕੀ ਬਾਤ ਹੈ ਪਰ ਬਹੁਤ ਸੋਹਣੀ ਲੱਗ ਰਹੀ ਜੀ ਇਸ ਲਈ ਇੱਕ ਵਾਰੀ ਜ਼ੋਰਦਾਰ ਤਾਲੀਆਂ ਪਲੀਜ਼ ਯੈਸ ਥੈਂਕ ਯੂ ਅੱਛਾ ਹੁਣ ਆਪਾਂ ਸਚਿਨ ਭਾਜੀ ਤੋਂ ਪੁੱਛਦੇ ਕਿਉਂਕਿ ਉਹ ਵੀ ਥੋੜਾ ਜਿਹਾ ਨੀਲੇ ਨੀਲੇ ਬਣ ਕੇ ਆਏ ਹੋਏ ਨੇ ਸਚਿਨ ਭਾਜੀ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਪੁੱਤਰ ਬਹੁਤ ਅੱਛਾ ਗਾਇਆ ਤੁਸੀਂ ਥੈਂਕ ਯੂ ਸਰ ਪਹਿਲੀ ਬੋਲੀ ਤੋਂ ਬਾਅਦ ਮਤਲਬ ਪਹਿਲੇ ਸਥਾਈ ਤੋਂ ਬਾਅਦ ਜਦੋਂ ਤੁਸੀਂ ਇੱਕ ਬੋਲੀ ਪਾਈ ਉਹ ਚੇਂਜ ਓਵਰ ਹੈ ਅਤੇ ਉਸ 'ਚ ਥੋੜ੍ਹਾ ਸੁਰ ਗੜਬੜ ਹੋਇਆ ਸੀ ਮੇਬੀ ਉਹਨਾਂ ਕੌਨਫੀਡੈਂਸ ਨਹੀਂ ਸੀ ਬਟ ਬਾਕੀ ਆਲ ਓਵਰ ਅੱਛਾ ਸੀ ਥੈਂਕ ਯੂ ਸਰ ਜੋ ਛੋਟੀਆਂ ਛੋਟੀਆਂ ਉਹ 'ਚ ਹਰਕਤਾਂ ਮੁਰਕੀਆਂ ਨੇ ਨਾ ਉਹ ਬਹੁਤ ਸੋਹਣੀਆਂ ਲਈਆਂ ਤੁਸੀਂ ਥੈਂਕ ਯੂ ਸਰ ਬਹੁਤ ਸੋਹਣਾ ਸੀ ਬਹੁਤ ਸੋਹਣਾ ਗੋਡ ਬਲੈਸ ਯੂ ਥੈਂਕ ਯੂ ਸਚਿਨ ਭਾਜੀ ਲਖਵਿੰਦਰ ਜੀ ਉਹ ਜਿਹੜੀ ਜਗ੍ਹਾ ਸੀ ਨਾ ਵਾਈਬ੍ਰੇਸ਼ਨ ਜੀ ਕਰਦੇ ਬਹੁਤ ਸੋਹਣੀ ਜਗ੍ਹਾ ਸੀ ਉਹ ਛੋਟੀ ਜੀ ਬੜੀ ਖੂਬਸੂਰਤ ਔਰ ਬੜੇ ਤਰੀਕੇ ਨਾਲ ਤੁਸੀਂ ਕਹੀ ਐਨ ਬਿਲਕੁਲ ਪਰਫੈਕਟ ਮੇਰੇ ਹਿਸਾਬ ਨਾਲ ਅਤੇ ਪਰਫੋਰਮੈਂਸ ਸਾਰੀ ਠੀਕ ਸੀਗੀ ਬਹੁਤ ਸੋਹਣੀ ਜਿੱਦਾਂ ਦੇ ਤੁਸੀਂ ਆਪ ਕਿਊਟ ਹੋ ਉੱਦਾਂ ਦੀ ਪਰਫੋਰਮੈਂਸ ਕਿਊਟ ਬੜੀਆਂ ਸੋਹਣੀਆਂ ਬੋਲੀਆਂ ਜਿਵੇਂ ਭਾਅ ਜੀ ਹੋਰਾਂ ਨੇ ਕਿਹਾ ਕਿ ਉਹ ਸ਼ਾਇਦ ਮੇਰੇ ਖਿਆਲ ਉਹ ਚੇਂਜ ਓਵਰ ਹੋਣ ਦੇ ਕਰਕੇ ਸ਼ਾਇਦ ਮਾਇੰਡ 'ਚ ਕਈ ਵਾਰੀ ਉਹ ਚੀਜ਼ ਫਿੱਟ ਨਹੀਂ ਹੁੰਦੀ ਸੋ ਬਾਕੀ ਬਹੁਤ ਵਧੀਆ ਪਰਫੋਰਮੈਂਸ ਸੀਗੀ ਜਿਉਂਦੇ ਵਾਸਤੇ ਰਹੋ ਥੈਂਕ ਯੂ ਵੈਰੀ ਮੱਚ ਥੈਂਕ ਯੂ ਭਾਅ ਜੀ ਰੋਸ਼ਨ ਜੀ ਵਿਧੀ ਤੁਹਾਨੂੰ ਆਪ ਵਧੀਆ ਲੱਗਿਆ ਠੀਕ ਠੀਕ ਲੱਗਿਆ ਬਸ ਫਿਰ ਐਕਸਪੈਕਟਿਡ ਵਧੀਆ ਸੀ ਹੋਰ ਜ਼ਿਆਦਾ ਸੀ ਐਕਸਪੈਕਟੇਸ਼ਨਸ ਜ਼ਿਆਦਾ ਸੀ ਬਟ ਨੋਟ ਬੈਡ ਠੀਕ ਹੈ
थैंक यू सर. थैंक यू रोशन भाजी. बलराज जी. हाँ जी विधि जी, मैं तो थोड़े लिए खड़ा होकर ताड़ी मार सकना. क्या बात है जी, तालियां जी, तालियां. ग्रेट. आज विधि ने मैनू दूरदर्शन से रतनिका तिवाड़ी जी गाया करते सी पुराने समय के, मैं उन्होंने सुनिया करता सी. अज उन्हां दी याद इन्होंने ताजा करवा दी है. जिंदी रह, रब तेनू होर तरक्कियां बख्शे. थैंक यू सो मच जजेस. पर कोई गल नहीं, हुण एक होर मौका हैगा तुहाडे कोल, ठीक है ना. तो अगले फिर राउंड दे विच प्रूव कर देना अपने, चक देना बड़े, ठीक है. चलो ओके, यस आ जाओ. जोरदार तालियां. यस yes.